हाँ जी सत श्रीकाल जी, पंजाब अब तक वेख रहे सारे ही दर्शकों का स्वागत है। सो सीसीटीवी दी जो तस्वीर तुसी अपनी स्क्रीन पर देख रहे हो, यह जिला मोगा के कस्बा धर्मकोट दियां ने, जिथे जद एक व्यक्ति अपनी दुकान के कैबिन दे विच बैठा हुंदा है तो तीन नकाबपोश लुटेरे उसके कैबिन दे विच दाखल हुंदे ने अते पिस्तौल की नोक के उत्ते लुट की वारदात नूं अंजाम देने की कोशिश करते ने। पर दुकानदार जिहड़ा है बड़े ही हौसले दे नाल अते बड़ी ही बहादुरी दे नाल इन्हां लुटेरियां दा सामना करता है अते लुटेरियां नूं भजना पै जांदियां ने, तो लुटेरियां नूं खाली हथ ही उत्थों भजना पैंदा है, जिस तों बाद लुटेरे बाहर खड़ी कार दे विच उत्थों फरार हो जाते हैं। इस संबंधी जब SHO धर्मकोट के नाल गलबात की गई तो उन्हों का कहना है कि आने वाले समय के दुकानदारों की सुरक्षा यकीनी बनाने के लिए उन्हों वालों हर संभव कोशिश जी की जाएगी। मोगा तो राजू पासी की रिपोर्ट, पंजाब अब तक। दुकान से तीन बंदे आए थे जी, गड्डी ते एक तो गड्डी के बाहर सीगा, दो मैं हत्थापाई कर लग गए। दुकान से आ गए, रिवालवर दिखा के पैसे कहते जिन्ने है कढ़ दे, मेरी उन्होंने हत्था पाई हुई है, हत्था पाई हुई गड्डी गुड्डी असी भन्नी उन्होंने, उदू बाद निकल गए। बस तीन बंदे जी, कोई फेस कवर सी उन्होंने। हाँ जी, पुलिस वालों की बनती कार्रवाई की जा रही है? पुलिस वाले हम बैठे हैं जी, देखो की करते। बंदे तीन चार सीगे जी। हाँ जी हाँ जी, ऑफिस च मैं कला बैठा सीगा, लेबर वाले मेरे बाहर सीगे। हाँ जी, ऑफिस गए ਤੁਹਾਡੇ ਨਾਲ ਗੱਲਬਾਤ ਕੀਤੀ ਕੋਈ? ਕੋਈ ਗੱਲਬਾਤ ਨਹੀਂ, ਉਹ ਕਹਿੰਦੇ ਵੀ ਕੱਢ ਜੋ ਹੈਗਾ ਤੇਰੇ ਕੋਲੇ ਰਿਵਾਲਵਰ, ਹਥਿਆਰ ਸੀਗਾ ਰਿਵਾਲਵਰ ਸੀਗਾ। ਉਹਦੇ ਬਾਰੇ ਜਿੰਨੇ ਦੁਕਾਨਦਾਰ ਆਏ ਸੀਗੇ ਮੇਰੇ ਕੋਲ, ਉਹ ਇਸ ਗੱਲ ਦਾ ਜ਼ਾਹਰ ਕਰ ਰਹੇ ਸੀ ਕਿ ਥੋੜਾ ਡਰ ਜ਼ਾਹਰ ਕਰ ਰਹੇ ਸੀ ਕਿ ਸਾਨੂੰ ਸਿਕਿਉਰਿਟੀ ਸਾਡੀ ਵਧਾਈ ਜਾਵੇ। ਸੋ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਕੋਲ ਬਾਹਰ ਦੀਆਂ ਵੈਸੀ ਫੋਰਸਿਸ ਆ ਰਹੀਆਂ, BSF ਵਗੈਰਾ, ਆਰਮੀ ਵਗੈਰਾ ਜਿੰਨੀ ਵੀ ਆਉਣੀ ਹੈ। ਅੱਜ ਅਸੀਂ SDM ਸਾਹਿਬ ਨੂੰ ਨਾਲ ਲੈ ਕੇ, ਡਿਪਟੀ ਸਾਹਿਬ ਨੂੰ ਨਾਲ ਲੈ ਕੇ, ਸਾਰਿਆਂ ਦੀ ਅਸੀਂ ਕੰਬਾਈਨ ਟੀਮ ਲੈ ਕੇ SHO ਕੋਟੀ ਸੇਖਾਂ ਫਤਿਹਗੜ੍ਹ ਪੰਜਤੂਰ, ਅਸੀਂ ਅੱਜ ਸਾਰਿਆਂ ਨੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਤਾਂ ਜੋ ਕਿ ਇਲੈਕਸ਼ਨ ਵੀ ਜਿਹੜਾ ਅਮਨ ਮਾਨ ਦੇ ਨਾਲ ਕੀਤਾ ਜਾ ਸਕੇ। ਅਤੇ ਅਸੀਂ ਵੈਪਨ ਜਮ੍ਹਾਂ ਕਰਾਉਣ ਦੀ ਵੀ ਸਾਰਿਆਂ ਨੂੰ ਰਿਕੁਐਸਟ ਕਰ ਰਹੇ ਹਾਂ, ਤਕਰੀਬਨ ਥੋੜ੍ਹੇ ਬਹੁਤ ਵੈਪਨ ਸਾਡੇ ਜਿਹੜੇ ਰਹਿ ਗਏ ਨੇ ਜਮ੍ਹਾਂ ਹੋਣ ਵਾਲੇ। ਜਿੱਥੋਂ ਤੱਕ ਜਿਹੜਾ ਵਾਰਦਾਤ ਦਾ ਸਵਾਲ ਹੈ, ਉਹ ਹਜੇ ਮੈਨੂੰ ਵੀ ਉਹਨੇ ਥੋੜ੍ਹੇ ਦਿਨ ਹੀ ਹੋਏ ਆ ਜੇ ਜੁਆਇਨ ਕੀਤੇ ਨੂੰ। ਸੋ ਸਾਡੇ ਕੋਲ ਮੁਲਾਜ਼ਮਾਂ ਦੀ ਉਸ ਤਰੀਕੇ ਨਾਲ ਜਿਹੜੀ ਕਮੀ ਪਾਈ ਗਈ ਸੀ, ਉਹ ਅਸੀਂ ਸਾਰੀ ਹੁਣ ਸੈੱਟ ਕੀਤੀ ਹੈ। SSP ਸਾਹਿਬ ਨੂੰ ਰਿਕੁਐਸਟ ਕਰਕੇ ਅਸੀਂ ਜਿਹੜੇ ਮੁਲਾਜ਼ਮ ਵਗੈਰਾ ਹੋਰ ਲਵਾ ਲਏ ਆ। ਹੁਣ ਰਾਤ ਨੂੰ ਅਸੀਂ ਇੱਕ ਪੱਕੀ ਪੈਟਰੋਲਿੰਗ ਅਤੇ ਇੱਕ ਮੋਟਰਸਾਈਕਲ ਜਿਹੜਾ ਸਾਡਾ ਚੱਲਦਾ PCR ਵਾਲਾ, ਉਹ ਅਸੀਂ ਡੇ ਨਾਈਟ ਅਸੀਂ ਬਾਜ਼ਾਰ ਦੇ ਵਿੱਚ ਰੱਖਿਆ ਕਰਾਂਗੇ, ਤਾਂ ਜੋ ਕਿ ਦੁਕਾਨਦਾਰਾਂ ਦੀ ਸਾਰੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਵੀ ਅਣਸਕਾਵੀ ਘਟਨਾ ਇਸ ਤਰ੍ਹਾਂ ਦੀ ਨਾ ਹੋ ਸਕੇ। ਅਤੇ ਜਿਹੜੇ ਜਿੰਨੇ ਵੀ ਦੁਕਾਨਦਾਰ ਅਤੇ ਗਾਹਕ ਜਿੰਨੇ ਵੀ ਬਾਜ਼ਾਰ ਦੇ ਵਿੱਚ ਆਉਂਦੇ ਹੋ, ਸਾਰੇ ਬੇਖੌਫ ਹੋ ਕੇ ਆਪਦਾ ਘੁੰਮਣ ਫਿਰਨ ਅਤੇ ਆਜ਼ਾਦੀ ਮਹਿਸੂਸ ਕਰਨ, ਤਾਂ ਜੋ ਕਿ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਸੀਂ ਸਾਰਾ ਜਿਹੜਾ ਇਹ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਾਂਗੇ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ। ਥੈਂਕ ਯੂ ਸਰ। ਥੈਂਕ ਯੂ।